ਸਤਿ ਸ਼੍ਰੀ ਅਕਾਲ ਮੈਂ ਦੀਪਨ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਜ਼ਰ ਹਾਂ ਲੋਕ ਸਭਾ ਚੋਣਾਂ ਸੰਬੰਧੀ ਪ੍ਰੋਗਰਾਮ ਲੈ ਕੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਨਜ਼ਰ ਮਾਰਾਂਗੇ ਪੰਜਾਬ ਦੀ ਰਾਜਨੀਤੀ ਤੇ ਗੱਲ ਕਰਾਂਗੇ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਅੰਮ੍ਰਿਤਸਰ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਧਾਰਮਿਕ ਅਤੇ ਵਿਰਾਸਤੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਜਿੱਥੇ ਕਰੀਬ 70% ਸਿੱਖ ਵੋਟਰ ਨੇ ਅਤੇ 17 ਲੱਖ ਦੇ ਕਰੀਬ ਇੱਥੇ ਟੋਟਲ ਵੋਟਰਾਂ ਦੀ ਗਿਣਤੀ ਹੈ ਜੇ ਗੱਲ ਕਰੀਏ ਪਿਛਲੀ ਲੋਕ ਸਭਾ ਚੋਣਾਂ ਦੀ ਤਾਂ ਇੱਥੇ ਕਾਂਗਰਸ ਨੇ ਬਾਜ਼ੀ ਮਾਰੀ ਸੀ ਕੈਪਟਨ ਅਮਰਿੰਦਰ ਸਿੰਘ ਨੇ BJP ਦੇ ਉਮੀਦਵਾਰ ਅਰੁਣ ਜੇਟਲੀ ਨੂੰ ਇੱਥੋਂ ਦੀ ਵੱਡੀ ਹਾਰ ਦਿੱਤੀ ਸੀ ਪਰ 2017 ਦੀ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਦੁਬਾਰਾ ਇੱਥੇ ਕਾਂਗਰਸ ਦਾ ਕਬਜ਼ਾ ਕਾਇਮ ਕਰਵਾਇਆ ਸੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਨੂੰ BJP ਵੱਲੋਂ ਹਰਦੀਪ ਸਿੰਘ ਪੁਰੀ ਨੂੰ ਅਤੇ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਅਤੇ PDA ਵੱਲੋਂ ਦਸਵਿੰਦਰ ਕੌਰ ਨੂੰ ਮੌਕਾ ਦਿੱਤਾ ਗਿਆ ਤਾਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ BJP ਦਾ ਕੋਈ ਵੀ ਉਮੀਦਵਾਰ ਕਾਂਗਰਸ ਵੱਲੋਂ ਕੀਤੇ ਗਏ ਕੰਮਾਂ ਦੇ ਅੱਗੇ ਖੜ੍ਹਾ ਨਹੀਂ ਹੋ ਸਕਦਾ ਔਜਲਾ ਨੇ ਕਾਂਗਰਸ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਨੂੰ ਗਿਣਵਾਉਣ ਲਈ ਕਿਹਾ ਅਤੇ ਕਿਹਾ ਕਿ ਜੋ ਕੰਮ ਉਹਨਾਂ ਵੱਲੋਂ 25 ਸਾਲਾਂ 'ਚ ਕੀਤੇ ਗਏ ਨੇ ਉਹ ਉਹਨਾਂ ਨੂੰ ਲੈ ਕੇ ਲੋਕਾਂ ਕੋਲ ਜਾ ਕੇ ਵੋਟਾਂ ਮੰਗਣਗੇ ਅੱਜ ਤੁਹਾਡਾ ਚੋਣ ਪ੍ਰਚਾਰ ਆ ਉਹ ਪਾਰਟੀ ਦਾ ਕਰਾਂਗੇ ਤਗੜੇ ਹੋ ਕੇ ਔਰ ਲੋਕਾਂ ਦੇ ਵਿੱਚ ਔਰ ਸਮੁੱਚੀ ਕਾਂਗਰਸ ਦੀ ਪਾਰਟੀ ਜਿਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਰੀ ਸਮੁੱਚੀ ਲੀਡਰਸ਼ਿਪ ਮੰਤਰੀ ਸਾਹਿਬਾਨ MLA ਸਾਹਿਬਾਨ ਵਰਕਰ ਸਾਹਿਬਾਨ ਸਾਡੇ ਆਰਗਨਾਈਜੇਸ਼ਨ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਕਾਮਯਾਬ ਰੋਡ ਸ਼ੋਅ ਜਿਹੜਾ ਹੈ ਮੈਂ ਉਹਨਾਂ ਸਭਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀਆਂ ਜਮਾਤਾਂ ਪੜ੍ਹਨ ਦੀ ਲੋੜ ਆ ਇੱਕ ਸਰਟੀਫਿਕੇਟ ਮਿਲਿਆ ਸੀ 2017 'ਚ ਪੁਰੀ ਸਾਹਿਬ ਹੁਣ ਦੂਜਾ ਮਿਲਣਾ 2019 'ਚ ਜਿਹੜੀ ਐਜੂਕੇਸ਼ਨ ਦੇ ਵਾਸਤੇ ਮੈਂ ਬਣਿਆ ਜਿਹੜੀ ਐਜੂਕੇਸ਼ਨ ਮੈਂ 20 ਸਾਲ ਹੋ ਗਿਆ ਜਿਸ ਭੱਠੀ 'ਚ ਤਪ ਰਿਹਾ ਉਹਦੀ ਐਜੂਕੇਸ਼ਨ ਲੋਕਾਂ ਨੇ ਹੁਣ ਸਰਟੀਫਿਕੇਟ ਦੇਣਾ ਆ ਤੁਸੀਂ ਵੀ ਆਏ ਜੇ ਇਹ ਸਰਟੀਫਿਕੇਟ ਹੁਣ ਆਪਾਂ ਲੋਕਾਂ ਤੋਂ ਲੈਣਾ ਪੁਰੀ ਸਾਹਿਬ ਐਜੂਕੇਸ਼ਨ ਘੱਟ ਜੇ ਤੁਹਾਡੀ ਵੱਧ ਸੀ ਐਜੂਕੇਸ਼ਨ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ 8 ਸਾਲ ਤੋਂ ਅੰਮ੍ਰਿਤਸਰ ਚਾਹੁੰਦੇ ਵੀ ਜੇ ਮੈਨੂੰ ਇੱਕੋ ਹੀ ਜਵਾਬ ਦੇ ਦਿਓ ਕਿ ਅੰਮ੍ਰਿਤਸਰ ਵਾਸਤੇ ਕੇਂਦਰ ਸਰਕਾਰ ਤੋਂ 1 ਪ੍ਰੋਜੈਕਟ ਅੰਮ੍ਰਿਤਸਰ ਲਈ ਦੱਸ ਦਿਓ ਕਿਉਂਕਿ ਤੁਸੀਂ ਤਾਂ ਪੜ੍ਹੇ ਲਿਖੇ ਬਹੁਤ ਜ਼ਿਆਦਾ ਸੀ ਤੁਹਾਨੂੰ ਤਾਂ ਸਮਝਾਉਣੀ ਚਾਹੀਦੀ ਸੀ ਹੋ ਸਕਦਾ ਮੇਰੇ ਤੋਂ ਕਮੀ ਰਹੀ ਹੋ ਤੁਹਾਡੇ ਕੋਲ ਕਮੀ ਕਿਸ ਗੱਲ ਦੀ ਸੀ ਤੁਸੀਂ ਕੇਂਦਰ 'ਚ ਮੰਤਰੀ ਵੀ ਸੋ ਕਮੀ ਸਿਰਫ ਇੱਕ ਹੀ ਆ ਪੁਰੀ ਸਾਹਿਬ ਤੁਸੀਂ ਹੁਣ ਆਏ ਜੇ ਦਾ ਲਾਉਣ 20 ਸਾਲ 20 ਦਿਨਾਂ 'ਚ ਦਾ ਨਹੀਂ ਲੱਗਣਾ ਐਜੂਕੇਸ਼ਨ ਮੇਰੀ ਮੈਂ ਤਾਂ ਪਿਛਲੀ ਵਾਰ ਵੀ ਚੋਣ ਕਮਿਸ਼ਨ ਨੂੰ ਜਦੋਂ ਇਲੈਕਸ਼ਨ ਸੀ ਉਦੋਂ ਵੀ ਦਿੱਤਾ ਹੁਣ ਵੀ ਦਿੱਤਾ ਇਹ ਝੁੱਬੇ ਵੀ ਜਾ ਕੋਈ ਚੀਜ਼ ਲੁਕਾਈ ਆ ਫਿਰ ਦੱਸਿਓ ਸੋ ਇਸ ਕਰਕੇ ਪੁਰੀ ਸਾਹਿਬ ਤਿਆਰੀ ਰੱਖੋ 19 ਤਰੀਕ ਨੂੰ ਲੋਕਾਂ ਵੋਟਾਂ ਪਾਉਣੀਆਂ ਨੇ ਲੋਕ ਕਚਹਿਰੀ 'ਚ ਆਪਣੇ ਮੁੱਦੇ ਕੰਮ ਲੈ ਕੇ ਆਓ ਤੁਸੀਂ ਮੇਰੇ 'ਤੇ ਜੋ ਗੱਲ ਕਰ ਰਹੇ ਤੁਸੀਂ ਆਪਣੇ ਉਪਲਬਧੀਆਂ ਕਰਾਓ ਨਾ ਸਰਕਾਰ ਦੀਆਂ ਮੇਰਾ ਤਾਂ ਜੋ ਕੁਛ ਹੈਗਾ ਉਹ ਤਾਂ ਓਪਨ ਆ ਜਿਹੜਾ ਮਰਜ਼ੀ ਪੇਪਰ ਲੈ ਕੇ ਤੂੰ ਚੈੱਕ ਕਰ ਲੈ ਵੀ ਕੀ ਉਹਨੂੰ ਮੈਂ ਆਲੋ ਤੇਰੇ 'ਤੇ ਹੱਥ ਰੱਖ ਕੇ ਕਹਿੰਦਾ ਮੈਂ ਕੀਤਾ ਪਹਿਲੀ ਗੱਲ ਇਹ ਮੈਂ ਉਹਨੂੰ ਇਹ ਗੱਲ ਕਹਿ ਦਿੰਦਾ ਵੀ ਤੂੰ ਤਾਂ ਪਹਿਲਾਂ ਇਲੈਕਸ਼ਨ ਲੜਨ ਤੋਂ ਭੱਜ ਗਿਆ ਤੇਰੇ ਨਾਲ ਮੈਂ ਗੱਲ ਨਹੀਂ ਕਰਨੀ ਜਾਂ ਤਾਂ ਤੂੰ ਇੰਨਾ ਕੰਮ ਕੀਤਾ ਇਲੈਕਸ਼ਨ ਲੜ ਦੋ ਤੈਨੂੰ ਬੰਦਾ ਇੰਪੋਰਟ ਕਿਉਂ ਕਰਨਾ ਪਿਆ ਬਾਹਰੋਂ ਪੈਰਾਸ਼ੂਟ ਕਿਉਂ ਲਿਆਉਣਾ ਪਿਆ ਤੁਹਾਨੂੰ ਤੂੰ ਪੜ੍ਹਿਆ ਲਿਖਿਆ ਵੀ ਜ਼ਿਆਦਾ ਸੀ ਤੁਸੀਂ ਮੇਅਰ ਵੀ ਰਹੇ ਜੇ ਬਾਅਦ 'ਚ ਕਾਂਗਰਸ ਦੀ ਇਲੈਕਸ਼ਨ ਵੀ ਹਾਰੇ ਜੇ ਇਹ ਮੇਰੀ ਸ਼ਵੇਤ ਮਲਕ ਤੋਂ ਇੱਕੋ ਬੇਨਤੀ ਆ ਵੀ ਪਹਿਲਾਂ ਇਲੈਕਸ਼ਨ ਦਾ ਮੈਂਡੇਟ ਆ ਲੋਕਾਂ ਤੋਂ ਲੈਣਾ ਲੈ ਲਈਏ ਤੁਸੀਂ ਇਹ ਕਾਂਗਰਸ ਦੀ ਇਲੈਕਸ਼ਨ ਲੜਦੇ ਹੋ ਆ 4 ਆਉਣੀਆਂ ਨੇ 22 ਇਲੈਕਸ਼ਨਾਂ ਅਤੇ ਇਹ ਕਿਉਂ ਵਾਰ ਵਾਰ ਲੋਕਾਂ ਤੋਂ ਖਵਾਉਂਦੇ ਮੈਂ ਵੀ ਕਹਿੰਦਾ ਕੋਈ ਹੋਰ ਵੀ ਜਿਹਨੂੰ ਗੱਲ ਕਰਦੇ ਹੋ ਪੁੱਛਦਾ ਯਾਰ ਕਾਂਗਰਸ ਦੇ ਹਾਰ ਗਿਆ ਬਾਕੀ ਕੀ ਹੈ ਅਤੇ ਮੇਰਾ ਖਿਆਲ ਕੌਂਸਲਰ ਬਣ ਜਾਈਏ ਇਹ ਲੋਕਾਂ ਦਾ ਨਾਲੇ ਮੂੰਹ ਬੰਦ ਹੋ ਜਾਏਗਾ ਤੁਸੀਂ ਕਾਂਗਰਸ ਦੀ ਇਲੈਕਸ਼ਨ ਜ਼ਰੂਰ ਲੜਿਓ ਇਸ ਮੌਕੇ ਗੁਰਜੀਤ ਸਿੰਘ ਔਜਲਾ ਦਾ ਸਾਥ ਦੇ ਰਹੇ ਰਾਜ ਕੁਮਾਰ ਵੇਰਕਾ ਨੇ BJP ਨੂੰ ਖੂਬ ਭੰਡਿਆ BJP ਦੇ ਸ਼ਬਦੀ ਹਮਲਿਆਂ ਕਰਦਿਆਂ ਵੇਰਕਾ ਨੇ ਕਿਹਾ ਕਿ BJP ਨੇ ਦੇਸ਼ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਨਾਲ ਹੀ ਉਹਨਾਂ ਨੇ ਮੋਦੀ ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਚੌਕੀਦਾਰ ਨਹੀਂ ਦਲਾਲ ਹੈ ਬਹੁਤ ਚੰਗਾ ਕਦਮ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ BJP ਪੂਰੇ ਦੇਸ਼ ਨੂੰ ਭਿਖਾਰੀ ਬਣਾਉਣ ਜਾ ਰਹੀ ਆ ਤੁਸੀਂ ਦੇਖ ਲਓ PNB ਘੁਟਾਲਾ SBI ਘੁਟਾਲਾ ਏਅਰ ਜੈਟਵੇ ਬੰਦ ਵਿਜੇ ਮਾਲਿਆ ਭੱਜ ਗਿਆ ਔਰ ਦੇਸ਼ ਦੇ ਅੰਦਰ ਜਿਹੜੀ ਬੁਰੀ ਤਰ੍ਹਾਂ ਦੇ ਨਾਲ ਇਹ ਹਾਲਤ ਹੋ ਗਈ ਔਰ ਮੋਦੀ ਸਾਹਿਬ ਦੇ ਰਿਸ਼ਤੇਦਾਰ ਲੁੱਟ ਕੇ ਜਾ ਰਹੇ ਆ ਔਰ ਮੋਦੀ ਸਾਹਿਬ ਇਹ ਚੌਕੀਦਾਰ ਜਿਹੜਾ ਹੈ ਨਾ ਇਹ ਚੌਕੀਦਾਰ ਦਲਾਲ ਆ ਇਹ ਦਲਾਲੀ ਕਰ ਰਿਹਾ ਵੱਡੇ ਲੋਕਾਂ ਦੀ ਔਰ ਮੈਂ ਤੁਹਾਨੂੰ ਇਹ ਗੱਲ ਬੜੀ ਸਪਸ਼ਟ ਕਹਿ ਰਿਹਾ ਕਿ ਇਹ ਸਾਬਤ ਕਰ ਦੇਣਾ ਲੋਕਾਂ ਨੇ ਕਿ ਚੌਕੀਦਾਰ ਚੋਰ ਆ ਵੀ ਮੈਂ ਤਾਂ ਕਹਿੰਦਾ ਉਹ ਲੜਨਗੇ ਤਾਂ ਮਰਨਗੇ ਨਾ ਲੜਨ ਤੋਂ ਬਿਨਾਂ ਕਿੱਦਾਂ ਵਿਚਾਰੇ ਮਰਨਗੇ ਲੇਕਿਨ ਬੁਰੀ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਦੀਆਂ 13 ਦੀਆਂ 13 ਸੀਟਾਂ 'ਤੇ ਜ਼ਮਾਨਤ ਜ਼ਬਤ ਕਰਾਵਾਂਗੇ ਮਿਸ਼ਨ 13 ਕੈਪਟਨ ਅਮਰਿੰਦਰ ਸਿੰਘ ਦਾ ਉਹ ਝੰਡਾ ਬੁਲੰਦ ਕਰਾਂਗੇ ਰਾਹੁਲ ਗਾਂਧੀ ਨੂੰ ਜਿਹੜਾ ਉਹ ਪ੍ਰਧਾਨ ਮੰਤਰੀ ਬਣਾਵਾਂਗੇ ਰਾਹੁਲ ਗਾਂਧੀ ਜ਼ਿੰਦਾਬਾਦ ਔਰ ਗੁਰਜੀਤ ਔਜਲਾ ਕਾਮਯਾਬ ਨਿਸ਼ਾਨੀ ਹੱਥ ਕੀ ਯਾਦ ਰੱਖਣਾ ਬਈ ਉਹ ਆ ਗਿਆ ਐਂਟਰ ਕਰ ਰਿਹਾ ਬੜੀ ਜਲਦੀ ਕੱਲ੍ਹ ਇੱਥੇ
ਔਰ ਅੱਜ ਉਹ ਕੱਲ੍ਹ ਅੰਬਾਲੇ ਦੇ ਵਿੱਚ ਆ, ਅੱਜ ਉਹ ਚੰਡੀਗੜ੍ਹ ਦੇ ਵਿੱਚ ਸੀਗਾ, ਉਹ ਬੜੀ ਜਲਦੀ ਉਹ ਪੰਜਾਬ ਦੇ ਵਿੱਚ ਆ ਰਿਹਾ। ਔਰ ਮੈਂ ਇਹ ਗੱਲ ਕਹਿ ਰਿਹਾ ਬਾਰ ਬਾਰ ਬਈ, ਪਹਿਲੇ ਵੀ ਇਹ ਜਿਹੜਾ ਬੋਲ ਰਿਹਾ ਬੰਦਾ, ਇਹਨੂੰ ਗੱਲ ਕਰਨ ਨੂੰ ਮੌਕਾ ਨਹੀਂ ਮਿਲਣਾ। ਜਿਸ ਵਕਤ ਉਹਨੇ ਕਦਮ ਇਸ ਧਰਤੀ ਦੇ ਉੱਪਰ ਇਹਨੇ ਰੱਖਿਆ, ਸਿੱਧੂ ਨੇ, ਅਜੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਆ ਰਹੇ ਹੈ ਔਰ ਸਿੱਧੂ ਸਾਹਿਬ ਵੀ ਆ ਰਹੇ ਹੈ, ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਕੋਲ ਕੌਣ ਆ ਰਿਹਾ? ਇਹਨਾਂ ਦੇ ਕੋਲ ਕਿਰਾਏ ਦੇ ਬੰਦੇ ਆ ਰਹੇ ਆ, ਇੱਥੇ ਰੀਜਨਲ ਬੰਦੇ ਆ ਕਾਂਗਰਸ ਦੇ, ਕਾਂਗਰਸ ਜਿੱਤੇਗੀ। ਅਤੇ ਹੁਣ ਗੱਲ ਕਰਦੇ ਹਾਂ ਬੀਜੇਪੀ ਦੇ ਉਮੀਦਵਾਰ ਦੀ। ਬੀਜੇਪੀ ਵੱਲੋਂ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਦੀ ਟਿਕਟ ਦਿੱਤੀ ਗਈ ਹੈ। ਹਰਦੀਪ ਸਿੰਘ ਪੁਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਤਜੁਰਬੇ ਨਾਲ ਸੁਲਝਾਉਣਗੇ। ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੇ ਵੀ ਉਹ ਯਤਨ ਕਰਨਗੇ, ਅਤੇ ਨਾਲ ਹੀ ਬੋਰਡਰ ਸਟੇਟ ਹੋਣ ਕਰਕੇ ਜੋ ਦਿੱਕਤਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਆਉਂਦੀਆਂ ਨੇ ਉਹਨਾਂ ਨੂੰ ਵੀ ਉਹ ਦੂਰ ਕਰਨਗੇ, ਅਤੇ ਨਾਲ ਹੀ ਉਹਨਾਂ ਨੇ ਕਾਂਗਰਸ ਅਤੇ ਆਪ 'ਤੇ ਵੀ ਕਈ ਹਮਲੇ ਵੀ ਕੀਤੇ। ਦੇਖੋ ਜੀ, ਮੇਰੇ ਵਾਸਤੇ ਬੜੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ, ਬਹੁਤ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਕਿਹਾ ਅੰਮ੍ਰਿਤਸਰ ਤੋਂ ਨੋਮੀਨੇਟ ਕੀਤਾ ਲੋਕ ਸਭਾ ਦੇ ਚੁਣਾਵ ਵਾਸਤੇ। ਅੰਮ੍ਰਿਤਸਰ ਸਿੱਖ ਰਿਲੀਜਨ ਵਿੱਚ ਹੋਰ ਜਿਹੜੀ ਤਰਫੋਂ ਵੀ ਦੇਖ ਲਓ ਹੋਲੀਐਸਟ ਹੋਲੀ ਸਿਟੀਜ਼, ਔਰ ਮੈਂ ਸਮਝਦਾ ਹਾਂ ਕਿ ਮੇਰਾ ਜੋ ਥੋੜ੍ਹਾ ਜਿਹਾ ਤਜਰਬਾ ਰਿਹਾ 40-45 ਸਾਲ ਬਾਕੀ ਪ੍ਰੋਫੈਸ਼ਨ ਵਿੱਚ, ਉਸ ਨੂੰ ਮੈਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਨਾਗਰਿਕਾਂ ਵਾਸਤੇ ਉਹਨੂੰ ਇਸਤੇਮਾਲ ਕਰ ਸਕਣਾ। ਅਤੇ ਅੰਮ੍ਰਿਤਸਰ ਤੁਹਾਨੂੰ ਸਾਰਿਆਂ ਨੂੰ ਤਾਂ ਚੰਗੀ ਜਾਣਕਾਰੀ ਹੈ, ਇੱਕ ਸਿਲਕ ਰੂਟ 'ਤੇ ਕਮਰਸ਼ੀਅਲ ਸੈਂਟਰ ਸੀ ਬੜਾ ਵੱਡਾ, ਉੱਥੇ ਡੀ ਇੰਡਸਟਰੀਲਾਈਜੇਸ਼ਨ ਵੀ ਹੋਈ ਹੈ, ਇੱਕ ਬਾਰਡਰ ਸ਼ਹਿਰ ਹੈ ਉਹਦੇ ਕਰਕੇ ਵੀ ਕੁਛ ਸਮੱਸਿਆਵਾਂ ਹੈਗੀਆਂ ਉੱਥੇ। ਅਤੇ ਟੂਰਿਜ਼ਮ ਮੈਂ ਸਮਝਦਾ ਕਿ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਏ, ਟੂਰਿਜ਼ਮ ਇਨਫਰਾਸਟ੍ਰਕਚਰ ਜ਼ਰਾ ਸੁਧਾਰਿਆ ਜਾਏ। ਮੇਰੇ ਮੰਤਰਾਲੇ ਦੀ ਜਿਹੜੀਆਂ ਸਕੀਮਸ ਹੈਗੀਆਂ ਸ਼ਹਿਰੀ ਵਿਕਾਸ ਮੰਤਰਾਲੇ ਦੀ, ਉੱਥੇ ਹਿਰਦੇ ਸਕੀਮ ਦਰਬਾਰ ਸਾਹਿਬ ਦੇ ਸਾਹਮਣੇ ਜੋ ਕੰਮ ਹੋਇਆ ਸੁਖਬੀਰ ਜੀ ਦੇ ਟਾਈਮ 'ਤੇ, ਬਾਕੀ ਸਮਾਰਟ ਸਿਟੀ 'ਤੇ ਜੋ ਕੁਝ ਹੋ ਸਕਦਾ। ਅਤੇ ਮੈਂ ਅੰਮ੍ਰਿਤਸਰ ਜਾਣ ਤੋਂ ਬਾਅਦ ਲੋਕਾਂ ਨੂੰ ਮਿਲਣ ਦੇ ਬਾਅਦ ਕੰਸਲਟੇਸ਼ਨ ਦੇ ਬਾਅਦ ਇੱਕ ਵਿਜ਼ਨ ਸਟੇਟਮੈਂਟ ਜੋ ਹੈ ਕਿ ਅਗਲੇ ਸਾਲ 5 ਸਾਲ ਵਾਸਤੇ ਕੀ ਕੀਤਾ ਜਾਏਗਾ, ਕੀ ਕੀਤਾ ਜਾ ਸਕਦਾ ਹੈ, ਉਦੋਂ ਮੈਂ ਵੋਟਰਸ ਦੇ ਸਾਹਮਣੇ ਰੱਖਾਂਗਾ। ਆਮ ਆਦਮੀ ਪਾਰਟੀ ਕੀ ਜੋ ਸਥਿਤੀ ਹੈ, ਆਪਕੋ ਯਾਦ ਹੋਗਾ ਆਮ ਆਦਮੀ ਪਾਰਟੀ ਕੀ ਸ਼ੁਰੂਆਤ ਕਹਾਂ ਸੇ ਹੋਈ ਥੀ, ਅੰਨਾ ਹਜ਼ਾਰੇ ਮੂਵਮੈਂਟ ਸੇ। ਕਿਆ ਚਾਹਤੇ ਥੇ ਕਿ ਵੋ ਜੋ ਭ੍ਰਸ਼ਟਾਚਾਰ ਕੇ ਖਿਲਾਫ ਐਂਟੀ ਕਰਪਸ਼ਨ ਮੂਵਮੈਂਟ ਥੀ, ਉਸ ਸਮੇਂ ਸੱਤਾ ਮੇਂ ਕੌਣ ਥਾ, ਕਾਂਗਰਸ ਪਾਰਟੀ ਥੀ। ਤੋ ਪਿਛਲੇ 2014 ਮੇਂ ਜਬ ਆਮ ਆਦਮੀ ਪਾਰਟੀ ਕਾ ਪੈਦਾ ਹੋਈ, ਉਸ ਸਮੇਂ ਸੇ ਅਬ ਮੇਂ ਕਿਆ ਹੋ ਗਿਆ, ਕਾਂਗਰਸ ਜਿਸਕੋ ਵੋ ਭ੍ਰਸ਼ਟ ਮਾਨਤੇ ਥੇ, ਕਿਆ ਵੋ ਦੂਧ ਸੇ ਧੁਲ ਗਈ ਹੈ 5 ਸਾਲੋਂ ਮੇਂ, ਯਾ ਆਮ ਆਦਮੀ ਪਾਰਟੀ ਖੁਦ ਭ੍ਰਸ਼ਟ ਹੋ ਗਈ ਹੈ? ਇਸਕਾ ਜਵਾਬ ਤੋ ਲੋਕੋਂ ਕੋ ਦੇਣਾ ਪੜੇਗਾ। ਅਬ ਦਿੱਲੀ ਮੇਂ ਵੀ ਵੋ ਅਲਾਇੰਸ ਕਰਨਾ ਚਾਹ ਰਹੇ ਹੈ, ਬਟ ਹੋਈ ਨਹੀਂ, ਵੋ ਆਪਣੇ 4-3 ਜਾਂ 6-1 ਜਾਂ 5-2 ਕੀ ਬਟਵਾਰੇ ਕਰਨ ਲਈ। ਇਸ ਲਈ ਮੈਂ ਸਮਝਤਾ ਹੂੰ ਕਿ ਚੁਣੌਤੀ, ਦੇਖਿਏ ਹਰ ਇੱਕ ਚੁਣਾਵ ਜੋ ਹੋਤਾ ਹੈ ਉਸਮੇਂ ਚੈਲੇਂਜ ਜ਼ਰੂਰ ਹੋਤਾ ਹੈ, ਔਰ ਹਮ ਲੋਕੋਂ ਕੇ ਸਾਹਮਣੇ ਜਾਏਂਗੇ। ਇਸ ਮੌਕੇ ਹਰਦੀਪ ਸਿੰਘ ਪੁਰੀ ਦਾ ਸਾਥ ਦੇ ਰਹੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਕਾਂਗਰਸ 'ਤੇ ਆਪਣੀ ਭੜਾਸ ਕੱਢੀ ਅਤੇ ਕਿਹਾ ਗੁੰਡਾਗਰਦੀ, ਠੱਗੀ ਅਤੇ ਭ੍ਰਿਸ਼ਟਾਚਾਰ ਕਰਨਾ ਕਾਂਗਰਸ ਦੇ ਗੁਣ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਅੱਜ ਨਸ਼ਾ ਮਾਫੀਆ, ਰੇਤ ਮਾਫੀਆ ਅਤੇ ਅਪਰਾਧੀਆਂ ਦੇ ਚੰਗੁਲ 'ਚ ਆ ਗਿਆ ਕਿਉਂਕਿ ਕਾਂਗਰਸ ਇਹਨਾਂ ਦੇ ਦਬਾਅ 'ਚ ਕੰਮ ਕਰ ਰਹੀ ਹੈ। ਕਾਂਗਰਸ ਦੀ ਜਿੱਤੇ ਇਹ ਇੱਕ ਗੁਣ ਮੰਨਿਆ ਜਾਂਦਾ। ਚੌਧਰੀ ਸੰਤੋਖ ਸਿੰਘ 'ਤੇ ਕਿਹੜਾ ਕੇਸ ਦਰਜ ਕਰਤਾ, ਜਿਹੜਾ ਕਹਿੰਦਾ ਸੀ ਕਿ ਮੈਨੂੰ ਬਣਾਓ ਅਤੇ ਮੈਂ ਫਿਰ ਪੈਸੇ ਲੈ ਕੇ ਕੰਮ ਕਰਾਂਗਾ, ਔਰ ਨੋਟਬੰਦੀ ਕਰਕੇ ਮੇਰਾ ਹੱਥ ਬਹੁਤ ਤੰਗ ਹੋ ਗਿਆ। ਸੋ ਕਾਂਗਰਸ ਦਾ ਤਾਂ ਗੁਣ ਹੈ ਕਿ ਠੱਗੀ ਮਾਰੋ, ਭ੍ਰਿਸ਼ਟਾਚਾਰ ਕਰੋ, ਗੁੰਡਾਗਰਦੀ ਕਰੋ, ਇਹ ਉੱਥੇ ਸਿਫਤਾਂ ਮੰਨੀਆਂ ਜਾਂਦੀਆਂ, ਉਹਨੂੰ ਓਨਾ ਹੀ ਵੱਡਾ ਲੀਡਰ ਬਣਾਉਂਦੇ ਨੇ। ਸੋ ਮੈਨੂੰ ਕੋਈ ਉਮੀਦ ਨਹੀਂ, ਕਿਉਂਕਿ ਅੱਜ ਪੰਜਾਬ ਜਿਹੜਾ ਉਹ ਨਸ਼ਾ ਮਾਫੀਆ, ਰੇਤ ਮਾਫੀਆ, ਅਪਰਾਧੀਆਂ ਦੇ ਚੰਗੁਲ 'ਚ ਕਿਉਂ ਆ ਗਿਆ, ਦਬਾਅ 'ਚ, ਕਿਉਂਕਿ ਸਰਕਾਰ ਦਬਾਅ 'ਚ ਹੈ। ਸਰਕਾਰ ਭ੍ਰਿਸ਼ਟਾਚਾਰ ਕਰਨ ਲਈ, ਸਵਾਰਥ ਪੂਰਤੀ ਕਰਨ ਲਈ ਇਹਨਾਂ ਲੋਕਾਂ ਦੇ ਦਬਾਅ 'ਚ ਕੰਮ ਕਰ ਰਹੀ ਕੈਪਟਨ ਅਮਰਿੰਦਰ ਦੀ ਸਰਕਾਰ। ਸੋ ਕਾਂਗਰਸ ਇਹ ਸਭ ਜਾਇਜ਼ ਹੈ, ਕਾਂਗਰਸ ਦਾ ਕਲਚਰ ਹੀ ਇਹ ਹੈ। ਇਸ ਦੇ ਨਾਲ ਹੀ ਬੀਜੇਪੀ ਦੇ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬੀਜੇਪੀ ਦੀ ਭਾਰੀ ਜਿੱਤ ਹੋਵੇਗੀ। ਜਿਸ ਤਰ੍ਹਾਂ ਦਾ ਜੋਸ਼, ਜਿਸ ਤਰ੍ਹਾਂ ਦਾ ਉਤਸ਼ਾਹ
ਜਿਸ ਤਰ੍ਹਾਂ ਦੀ ਉਮੰਗ ਇੱਥੋਂ ਦੇ ਜਨਤਾ ਦੇ ਲੋਕਾਂ ਦੇ ਵਿੱਚ ਅੱਜ ਦੇਖੀ ਹੈ, ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਭਾਰੀ ਵੋਟਾਂ ਨਾਲ ਇਹ ਚੋਣ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਜਿੱਤੀ ਜਾਏ। ਅਤੇ ਹੁਣ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਆਪ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬੇਰੁਜ਼ਗਾਰੀ, ਨਸ਼ਾ ਅਤੇ ਕਿਸਾਨਾਂ ਦੀ ਆਤਮ ਹੱਤਿਆ ਦੇ ਮੁੱਦਿਆਂ 'ਤੇ ਚੋਣ ਲੜਨਗੇ। ਪਾਰਟੀ ਦੇ ਮੁੱਦੇ ਜਿਹੜੇ ਆ ਨਾ, ਪਾਰਟੀ ਦੇ ਮੁੱਦੇ ਉਹ ਹੈ ਜਿਹੜੇ ਪੰਜਾਬ ਦੇ ਮੁੱਦੇ ਆ। ਹਾਂਜੀ, ਪੰਜਾਬ ਦਾ ਮੁੱਦਾ ਇਸ ਵੇਲੇ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ। ਜੀ ਜੀ, ਆਰਥਿਕ ਹਾਲਤ ਪੰਜਾਬ ਦੀ ਬਹੁਤ ਮਾੜੀ ਹੈ, ਕਿਸਾਨਾਂ ਦਾ ਮੁੱਦਾ, ਖੁਦਕੁਸ਼ੀਆਂ ਕਰ ਰਹੇ ਕਿਸਾਨ, ਅਤੇ ਦਲਿਤਾਂ ਦੇ ਮੁੱਦੇ ਆ, ਮੁਲਾਜ਼ਮਾਂ ਦੇ ਮੁੱਦੇ ਆ, ਟ੍ਰੇਡਰਸ ਦੇ ਮੁੱਦੇ ਆ, ਔਰ ਸਭ ਤੋਂ ਇੰਪੋਰਟੈਂਟ ਗੱਲ ਨਸ਼ਿਆਂ ਦਾ ਮੁੱਦਾ। ਨਸ਼ਿਆਂ ਦੀ ਬਹੁਤ ਬੁਰੀ ਹਾਲਤ ਆ, ਅਜੇ ਵੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਬੜੇ ਦਾਅਵੇ ਕੀਤੇ ਸੀ, ਪਰ ਨਸ਼ੇ ਸੇਮ ਉੱਦਾਂ ਹੀ ਵੇਖਦੇ, ਮਹਿੰਗੇ ਜ਼ਰੂਰ ਹੋਏ ਪਰ ਵੇਖਦੇ ਉੱਦਾਂ ਹੀ ਨਹੀਂ। ਉਹ ਤਾਂ ਦੇਖੋ ਜੀ, ਅਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਮਾਰ ਕੇ ਲੋਕਾਂ ਦਾ ਝੂਠੇ ਲਾਰੇ ਲਾ ਕੇ ਵੋਟਾਂ ਲਈਆਂ, ਉਹਨਾਂ ਦੇ ਕੋਈ ਲਾਲਾ ਵੀ ਪੂਰਾ ਕੀਤਾ। ਉਹਦੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਵੀਡੀਓ ਤੁਰੀਆਂ ਫਿਰਦੀਆਂ, ਜਿੱਥੇ ਉਹ ਕਹਿੰਦੇ ਕਿਸਾਨਾਂ ਨੂੰ ਕਿ ਤੁਹਾਡੇ ਨਕਲੀ ਆੜ੍ਹਤੀਆਂ ਦੇ ਕਰਜ਼ੇ 'ਤੇ ਵੀ ਲਾਲ ਪੈਨ ਵੱਜ ਗਿਆ, ਬੈਂਕਾਂ 'ਤੇ ਵੱਜ ਗਿਆ, ਕੋਪਰੇਟਿਵ ਬੈਂਕਾਂ 'ਤੇ ਵੱਜ ਗਿਆ, ਹੁਣ ਕੁਛ ਵੀ ਨਹੀਂ, ਹੁਣ ਪੰਜਾਬ ਦੇ ਜੱਟ ਵਜਾ ਦੇ ਦੋਂਦੇ ਫਿਰਦੇ। ਉਹ ਤਾਂ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ, ਜਦੋਂ ਉਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਦਿੱਤਾ ਸੀ, ਹੁਣ ਲੋਕ ਵਿਚਾਰੇ ਨੌਕਰੀਆਂ ਲੱਭਦੇ ਫਿਰਦੇ ਆ। ਸਮਝਦੇ ਕਿ ਨਹੀਂ ਗੱਲ, ਉਹ ਤਾਂ ਮਤਲਬ ਕਹਿੰਦੇ ਸੀ ਕਿ ਪੈਨਸ਼ਨਾਂ ਜਿਹੜੀਆਂ ਉਹ ਡਬਲ ਹੋ ਜਾਣਗੀਆਂ, ਉਹ ਲੋਕ ਲੱਭਦੇ ਫਿਰਦੇ ਆ, ਕੋਈ ਪੈਨਸ਼ਨ ਡਬਲ ਨਹੀਂ ਹੋਈ। ਸਰਲ ਸਕੀਮਾਂ ਕਹਿੰਦੇ ਡਬਲ ਹੋ ਜਾਣਗੀਆਂ, ਉਹ ਨਹੀਂ ਹੋਈ। ਸਮਝਦੇ ਕਿ ਨਹੀਂ ਗੱਲ, ਇਸ ਕਰਕੇ ਕੈਪਟਨ ਨੇ ਤੇ ਸਾਰਾ ਕੀ ਕਹਿੰਦੇ ਹੁੰਦੇ ਚਿੱਟਾ ਝੂਠ ਬੋਲਿਆ, ਪੰਜਾਬ ਦੇ ਲੋਕਾਂ ਦਾ ਧੋਖਾ ਕੀਤਾ। ਨਹੀਂ ਦੇਖੋ, ਰੁਜ਼ਗਾਰ ਦਾ ਮਸਲਾ ਤੇ ਵੇਖੋ, ਸਰਕਾਰਾਂ ਆਪ ਮੰਨ ਰਹੀਆਂ, ਬਾਦਲ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਆਪ ਉਦੋਂ ਮੰਨਿਆ ਕਿ 50 ਲੱਖ ਮੁੰਡਾ ਪੰਜਾਬ ਦੇ ਵਿੱਚ ਬੇਰੁਜ਼ਗਾਰ ਹੈ। ਹੁਣ ਵਾਲੀ ਸਰਕਾਰ ਵੀ ਮੰਨਦੀ ਆ ਵੀ ਇੰਨੇ ਮੁੰਡੇ ਉਹ ਆ ਜਿਹੜੇ BA MSc MED ਕੀਤੀ ਵਿਚਾਰਿਆਂ ਨੇ, ਜਿਹੜੇ ਦੂਜੇ ਆ ਜਿਹਨਾਂ ਨੂੰ ਇਹ ਪਤਾ ਹੀ ਨਹੀਂ ਰੁਜ਼ਗਾਰ ਦਫ਼ਤਰ ਨਾਂ ਕਿੱਥੇ ਦਰਜ ਕਰਾਈ ਦਾ, ਮਤਲਬ ਲੱਖਾਂ ਲੋਕ ਬੇਰੁਜ਼ਗਾਰ ਹੈ। ਅਸਲ ਵਿੱਚ ਕੀ ਆ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਡਿਵੈਲਪ ਨਹੀਂ ਹੋਈ, ਜਿਹੜੀ ਇੰਡਸਟਰੀ ਹੈਗੀ ਸੀ ਉਹ ਵੀ ਛੱਡ ਕੇ ਚਲ ਗਈ, ਉਹ ਵੀ ਕੋਈ ਜੰਮੂ ਕਸ਼ਮੀਰ ਚਲ ਗਿਆ, ਬਿਜਲੀ ਦਾ ਸਿਸਟਮ ਠੀਕ ਨਹੀਂ, ਕੋਈ ਹਿਮਾਚਲ 'ਚ ਚਲ ਗਈ, ਇਹ ਕਰਕੇ ਨਾ ਤਾਂ ਨੌਕਰੀਆਂ ਖਾਲੀ ਪਈਆਂ, ਵੈਕੈਂਸੀਆਂ ਸਕੂਲ ਖਾਲੀ ਪਏ, ਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ, DC ਦਫ਼ਤਰਾਂ ਚਲ ਜਾਓ, ਜਿਹੜੇ ਦਫ਼ਤਰ 5 ਕਲਰਕ ਚਾਹੀਦੇ ਉੱਥੇ 1 ਕਲਰਕ ਕੰਮ ਕਰਨ ਡਿਆ, ਪਰ ਸਰਕਾਰ ਭਰਦੀ ਨਹੀਂ, ਨੌਕਰੀ ਹੈ ਹੀ ਨਹੀਂ ਕਹਿੰਦੇ ਜੀ, ਕਿਉਂਕਿ ਸਰਕਾਰ ਕਹਿੰਦੀ ਸਾਡੇ ਕੋਲ ਖਜ਼ਾਨਾ ਨਹੀਂ। ਖਜ਼ਾਨਾ ਕੌਣ ਲੁੱਟ ਕੇ ਲੈ ਗਿਆ? ਲੀਡਰ ਲੈ ਗਏ, ਜਾਂ ਅਕਾਲੀ ਲੈ ਗਏ, ਕਾਂਗਰਸੀ ਲੈ ਗਏ, ਉਹ BJP ਵਾਲੇ ਲੈ ਗਏ, ਉਹ ਖਜ਼ਾਨਾ ਕਿੱਥੇ ਚੱਲ ਗਿਆ ਜੀ ਪੰਜਾਬ ਦਾ? ਇਸ ਕਰਕੇ ਬੇਰੁਜ਼ਗਾਰੀ ਦਾ ਬਹੁਤ ਬੁਰਾ ਹਾਲ ਹੈ, ਤਾਂ ਹੀ ਲੋਕ ਬਾਹਰਲੇ ਦੇਸ਼ਾਂ ਨੂੰ ਵਿਚਾਰੇ ਭੱਜਣ ਡੇ, ਔਰ ਇਹ ਬੜਾ ਖਤਰਨਾਕ ਰੁਝਾਨ ਜੇ 2.5-3 ਲੱਖ ਮੁੰਡਾ ਕੁੜੀ ਮਹੀਨੇ ਬਾਅਦ ਜਾ ਰਹੇ ਆ, ਇਹ ਇੰਨਾ ਕੁ ਖਤਰਨਾਕ ਰੁਝਾਨ ਹੈ ਕਿ ਅਗਲੇ ਕੁਛ ਸਾਲਾਂ 'ਚ ਹੋ ਸਕਦਾ ਪੰਜਾਬ ਖਾਲੀ ਹੋ ਜਾਵੇ, ਕਿਉਂਕਿ ਪੰਜਾਬ 'ਚ ਹੈ ਹੀ ਨਹੀਂ ਕੁਝ ਕਰਨ ਲਈ ਕੁਛ ਨਹੀਂ। ਜੇ ਗੱਲ ਕੀਤੀ ਜਾਵੇ PDA ਦੇ ਉਮੀਦਵਾਰ ਦੀ, ਤਾਂ PDA ਵੱਲੋਂ ਜਸਵਿੰਦਰ ਕੌਰ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਮੌਕਾ ਦਿੱਤਾ ਗਿਆ। ਜਸਵਿੰਦਰ ਕੌਰ ਨੇ ਮੋਦੀ ਨੂੰ ਮੋਦੀ ਵੱਲੋਂ ਕੀਤੇ ਜੁਮਲਿਆਂ 'ਤੇ ਖੂਬ ਘੇਰਿਆ, ਨਾਲ ਹੀ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੰਡਸਟਰੀਜ਼ ਅਤੇ ਲੋਕਾਂ ਲਈ ਰੁਜ਼ਗਾਰ ਲੈ ਕੇ ਆਉਣ ਦੀ ਗੱਲ ਵੀ ਕਹੀ ਹੈ। ਅੰਮ੍ਰਿਤਸਰ ਦੀਆਂ ਸਮੱਸਿਆਵਾਂ ਦੀ ਤਾਂ ਕੋਈ ਗਿਣਤੀ ਨਹੀਂ, ਸਰਹੱਦੀ ਇਲਾਕਾ ਹੋਣ ਕਰਕੇ ਨਸ਼ੇ ਦੀ ਭਰਮਾਰ ਹੈ। ਸਾਡੇ ਇੱਥੇ ਜਿਹੜੀ ਇੰਡਸਟਰੀ ਸੀ ਬਹੁਤ ਵਧੀਆ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਮਜ਼ਦੂਰ ਜਿਹੜੇ ਕੰਮ ਕਰਦੇ ਸੀ, ਸਾਡੀ ਇੰਡਸਟਰੀ ਜਿਹੜੀ ਬਿਲਕੁਲ ਬੰਦ ਹੋ ਗਈ, ਕਹਿ ਲਓ ਮਰ ਗਈ, ਜਿਹਨੂੰ ਕਿ ਸਾਡੀਆਂ ਸਰਕਾਰਾਂ ਨੇ ਕੋਈ ਵੀ ਰਾਹਤ ਜਾਂ ਪੈਕੇਜ ਨਹੀਂ ਦਿੱਤਾ। ਜਿੰਨੀ ਇੰਡਸਟਰੀ ਹੈ ਸਾਰੀ ਹਰਿਆਣਾ ਅਤੇ ਹਿਮਾਚਲ 'ਚ ਟ੍ਰਾਂਸਫਰ ਹੋ ਗਈ, ਜਿੱਥੇ ਪੈਕੇਜ ਮਿਲੇ ਉਹ ਵੀ ਜ਼ਰੂਰੀ ਆ। ਰੁਜ਼ਗਾਰ ਇੱਥੇ ਬਹੁਤ ਜ਼ਰੂਰੀ ਹੈ। ਨੌਜਵਾਨ ਜਿਹੜਾ ਆ ਉਹ ਹਤਾਸ਼ ਹੋ ਕੇ ਆ ਇਸ ਵੇਲੇ, ਨਸ਼ੇ ਵੱਲ ਨੂੰ ਜਾ ਰਿਹਾ, ਔਰ ਉਸ ਤੋਂ ਬਾਅਦ ਜਿਹੜਾ ਸਾਡਾ ਜ਼ਮੀਨ ਦੇ ਅੰਦਰ ਪਾਣੀ ਗੰਧਲਾ ਹੋ ਚੁੱਕਾ, ਔਰ ਉਹਦੇ ਨਾਲ ਜਿਹੜੀਆਂ ਸਾਡੇ ਪੰਜਾਬ ਵਿੱਚ ਬਿਮਾਰੀਆਂ ਦੀ ਭਰਮਾਰ ਹੋ ਚੁੱਕੀ ਹੈ, ਕੈਂਸਰ ਵਰਗੀ ਜਿਹੜੀ ਬਿਮਾਰੀ ਹੈ ਉਹ ਇੰਨੀ ਜ਼ਿਆਦਾ ਫੈਲ ਚੁੱਕੀ ਹੈ, ਇਹਨਾਂ ਵਾਸਤੇ ਸਿਹਤ ਸਹੂਲਤਾਂ ਵੀ ਬਹੁਤ ਜ਼ਰੂਰੀ ਹੈ। ਸਾਡੀ ਜਿਹੜੀ ਸਿਟੀ ਹੈ ਇਹਨੂੰ ਹੈਰੀਟੇਜ ਐਲਾਨਿਆ ਗਿਆ, ਪਰ ਸਿਰਫ ਤੁਸੀਂ ਇੱਥੇ ਹੋਟਲ ਇੰਡਸਟਰੀ ਨੂੰ ਜਿਹੜਾ ਡਿਵੈਲਪ ਕਰਕੇ ਇੱਥੋਂ ਦੇ ਲੋਕਾਂ ਲਈ ਰੁਜ਼ਗਾਰ ਨਹੀਂ ਪੈਦਾ ਕਰ ਸਕਦੇ। ਸਾਡੀ ਜਿਹੜੀ ਪੇਂਡੂ ਕਿਸਾਨੀ ਹੈ ਉਹ ਇਸ ਵੇਲੇ ਸੰਕਟ ਵਿੱਚ ਹੈ, ਖਾਸ ਕਰਕੇ ਬਾਰਡਰ ਏਰੀਏ ਦੀ ਕਿਸਾਨੀ, ਛੋਟੀ ਕਿਸਾਨੀ ਹੈ ਇੱਥੇ, ਜ਼ਿਆਦਾ ਵੱਡੇ ਕਿਸਾਨ ਨਹੀਂ ਹੈ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਜ਼ਿਆਦਾ। ਖੇਤ ਮਜ਼ਦੂਰ ਜਿਹੜਾ ਮਸ਼ੀਨਰੀ ਆਉਣ ਕਰਕੇ ਉਹਦਾ ਰੁਜ਼ਗਾਰ ਹੀ ਬੰਦ ਹੋ ਚੁੱਕਿਆ, ਉਸ ਖੇਤ ਮਜ਼ਦੂਰ ਲਈ ਕੰਮ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਸਾਡੇ ਜਿਹੜੇ ਇੱਥੇ, ਕਿਉਂਕਿ ਸਰਕਾਰੀ ਨੌਕਰੀਆਂ ਗੌਰਮੈਂਟ ਨੇ ਬੰਦ ਕਰਤੀਆਂ, ਪ੍ਰਾਈਵੇਟ ਜਿਹੜਾ ਕੰਮ ਹੈ ਉਹ ਬਿਲਕੁਲ ਇੰਨਾ ਜ਼ਿਆਦਾ ਨਹੀਂ ਹੈ। PhD, BTEC, MBBS
करके भी जिहड़े साडे नौजवान आ 5000 तो 10000 तो वध कोई कमा नहीं रहा। यह सारिया चीज़ा जड़िया ये समस्यावान ही हैं, ये समस्यावान की भरमार है। इन्हों बेहतर बनाने लई साडे अमृतसर नूं बेहतर बनाने लई इत्थे इंडस्ट्रीअल पैकेज बहुत जरूरी है। तो दूसरे नंबर पर जिहड़ा आ साडे पेंडू जिहड़े नौजवान है या बजुर्ग है या जिहड़ी उन्हां दी सेहत सहूलत है, और दूसरे नंबर पर जिहड़ी साडी बुढ़ेपा समाजिक सुरक्षा जिहड़ियां पेंशन आ वो इन्नी ज़्यादा घट है कि बजुर्ग का जिहड़ा गुजारा नहीं हो रहा और रैगूलर नहीं आ रही। मतलब जिहड़ी बुढ़ेपा या विधवा पेंशन है जिहनूं असीं समाजिक सुरक्षा के घेरे में लियाने उहदी रैगूलाइजेशन है ही नहीं, उहदे लई कोई बजट नहीं रखा जाता। जिहड़ी साडी सिक्ख्या उहदे विच घट्टो घट जिहड़ी साडी GDP उहदा 10% जिहड़ा सिक्ख्या लई रखा जाना चाहिए। नौजवान सिक्ख्यात होना बहुत जरूरी, टैक्नोलॉजी इन्नी तेजी नाल वध रही है। 2019 असी पहुँच गए, 21वीं सदी च पहुँच गए, टैक्नोलॉजी के बराबर सिक्ख्या का होना बहुत जरूरी। साडा अज भी जिन्ना पेंडू जिहड़ा नौजवान है वह इन्ना सिक्ख्यात ही नहीं है, क्योंकि सिक्ख्या महंगी होने करके उन्होंने उत्थों तक पहुँच ही नहीं हो रही। नौजवान निराश होकर बाहर जा रहा, पहलों नौजवानों की यहोजी स्थिति है ही नहीं सी। साडा नौजवान गया सी आजादी तो पहलों बाहर, तो आके उन्होंने देश की आजादी लई फाइट किया। पर हुण जिस तरह का जीवन हो गया ग्लोबलाइजेशन करके नौजवान जिहड़ा आ भ्रमित हो गया, उन्हूं यह लगता भी इत्थे मेरा कोई फ्यूचर है ही नहीं, क्योंकि किसान का जिहड़ा बेटा उन्हूं लगता भी किसानी तो अगे ही समस्यावां दी मतलब कि विच उलझी पई है। किसान रोज़ आत्महत्या कर रहा, किसान का बेटा चाहे वह मजदूर का बेटा आ चाहे कितने बाहर जाके इन्ना तो है भी कुछ पैसा तो कमा रहा, वो इतने काम ही नहीं है, इतने काम मिल नहीं रहा उन्हूं, जां जिन्नी उहदी योग्यता उहदे मुताबक उन्हूं पैसा नहीं मिल रहा। इस करके नौजवान ने विदेश दा रुख किया, और सरकारां नूं गंभीरता नाल इहदे उपर सोचण दी लोड़ है कि जे साडी नौजवान पीढ़ी विदेश चली गई इत्थे ये देश नूं बचाउण वास्ते असीं कित्थों नौजवान लिआउणे। देश दे लोकां नूं उहनां कहा सी जी 2 करोड़ नौकरियां ही हर साल देवांगे, 2 लाख नौकरियां भी नहीं दे सकी है सरकार। सरकार बिल्कुल फेल है, इस वेले उन्हां कोई एजेंडा नहीं सिवाए फोके नारियां तो। नौजवानों नूं कह रहे पकौड़े तुसीं दुकान लाओ, इस तों पहलों हिंदुस्तान च कदी पकौड़े नहीं बने सी जां पकौड़िआं दीआं दुकानां नहीं सी लग रहीआं कि यह नवें तरह के पकौड़े देणगे लोकां नूं, यह समझ ही नहीं आई। एक जिहड़ा बाबा रामदेव है एक योग करदा करदा बंदा साडे देश विच एक बिजनेस टाइकून बन गया, इहदा कारण यह है कि BJP का हाथ है उहदे पिछे। आम जिहड़े लोग है वह GST और नोटबंदी तो जिहड़ा छोटा दुकानदार ते छोटा जिहड़ा बिजनेसमैन उह ते बर्बाद हो चुका, उहदे कोल इस वेले करन नूं कुछ भी नहीं है। छोटा दुकानदार छोटा बिजनेसमैन जिहड़ा असीं कह सकते हाँ कि जिहदे कोल छोटा जिहा कारोबार सी 5-4 लोगों नूं उहने रुजगार दिता ही, वह GST और नोटबंदी ने उहनूं बर्बाद कर दिता। तो एक पासे जिहड़ा आ उह रामदेव वर्गे जिहड़े लाला रामदेव वर्गे जिहड़े लोग है वह इको दम अपना जिहड़ा टर्नओवर है वह 20,000-25,000 करोड़ का लै गए है। यदा मतलब है कि कितने ना कितने तो घपला है, कितने ना कितने तो बेईमानी हो रही है कि जिहड़ा आम बंदा उहदा काम ठप्प हो गया, तो जिहड़ा बिल्कुल योग करता करता वह बिजनेसमैन बन गया। ये जिहड़ा फ्रंट बनिया एक गुलदस्ता है, गुलदस्ते विच लाल फुल भी है, नीला भी है, चिट्टा भी है, हरा भी है, पीला भी, बहुत खूबसूरत ते सोहना गुलदस्ता बनिया। कैप्टन नूं असीं वार्निंग देना चाहुंदे कि जिहड़ी तुहाडी सरकार है हुण चलदा होण वाली है, तुसीं जिन्ना मर्जी जोर ला लो, एक बार भी कैप्टन साहब ने लोकां जाके लोकां दी गल ही नहीं कीती, लोकां दी गल सुनी नहीं। जे रुजगार की गल घर घर नौकरी की इन्होंने गल की सी, तो बाद चो लोगों लोगों के खाने के मगर बैग चुका दते भी जाओ स्विगी से चल जाओ तो जोमैटो से चल जाओ तो उत्ते चल जाओ। BCOM BSc PhD करके साडे नौजवान हुण जोमैटो से जाके लोगों की रोटी बेचणगे। तो इस प्रोग्राम के आप गल की अमृतसर लोग सभा सीट की, तो जल्द लैके हाजिर होवोंगे एक होर लोग सभा सीट में। तद तक लई मैनू दो इजाजत, धन्यवाद।